ਕਲਾਸ 12ਵੀਂ ਵਾਲਿਆਂ ਦਾ ਵੈਲਕਮ ਲਾਈਫ ਦਾ ਪੇਪਰ ਪੂਰਾ ਸੋਲਵ ਕਰਾਂਗੇ ਸਵਾਗਤ ਜਿੰਦਗੀ ਦਾ ਬਾਈ ਮੰਥਲੀ ਇਗਜ਼ਾਮ ਜਿਹੜੇ ਤੁਹਾਡੇ ਹਜੇ ਹੋ ਰਹੇ ਹਨ ਨਵੰਬਰ ਦਸੰਬਰ ਦੇ ਠੀਕ ਹੈ ਜੀ ਤਾਂ ਇਹ ਸੈਂਪਲ ਪੇਪਰ ਅਸੀਂ ਪੂਰਾ ਸੋਲਵ ਕਰ ਚੁੱਕੇ ਹਾਂ 25 ਨੰਬਰ ਦਾ ਪੇਪਰ ਆਣਾ ਵਾ 1.5 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ ਪ੍ਰਸ਼ਨ 1 ਦੇਖ ਲੈਣੇ ਆ ਬਹੁ ਵਿਕਲਪੀ ਪ੍ਰਸ਼ਨ ਨੇ ਠੀਕ ਹੈ ਜੀ 1 ਨੰਬਰਾਂ ਦੇ ਆਉਣੇ ਆ 5 ਪ੍ਰਸ਼ਨ ਹੈਗੇ ਆ ਤਾਂ ਦੇਖੋ ਨਸ਼ੀਲੇ ਪਦਾਰਥ ਡੈਸ਼ ਦਵਾਈ ਯਾਨੀ ਕਿ ਦੋਸਤੋ ਉਪਰੋਕਤ ਸਾਰੇ ਇਸ ਦਾ ਆਨਸਰ ਆ ਜਾਏਗਾ ਯਾਨੀ ਕਿ ਦੋਸਤੋ ਨਿੱਜੀ ਪਰਿਵਾਰ ਸਮਾਜਿਕ ਆਰਥਿਕ ਠੀਕ ਸਨਸ਼ੇਲੇ ਪਦਾਰਥ ਨਾਲ ਦੋਸਤੋ ਸਾਰੇ ਹੈਗੇ ਜਿਹੜੇ ਤਬਾਹੀ ਵੱਲ ਲੈ ਜਾਂਦੇ ਹਨ ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਅਕਤੀ ਆਪਣੇ ਆਪ ਦੀ ਬੁਰਾਈ ਤੋਂ ਬਚਣ ਵਿੱਚ ਮਦਦ ਕਰਦਾ ਹੈ ਤਾਂ ਉੱਚ ਪਦਰੀ ਸੋਚ ਅਤੇ ਮਜ਼ਬੂਤ ਇੱਛਾ ਸ਼ਕਤੀ ਦੋਵੇਂ ਠੀਕ ਹੈ ਜੀ ਤਾਂ ਆਹ ਵਾਲੇ ਤੋਂ ਦੋਸਤੋ ਜਿਹੜਾ ਹੈਗਾ ਬੁਰਾਈ ਤੋਂ ਬਚਣ ਦੇ ਵਿੱਚ ਜਿਹੜਾ ਹੈਗਾ ਮਦਦ ਕਰਦਾ ਹੈ ਉਸ ਤੋਂ ਬਾਅਦ ਇਹ ਦੋਸਤੋ ਆਪਣੇ ਕਿ ਕਿਹੜੀ ਚੀਜ਼ ਸਾਨੂੰ ਮਹਾਨ ਬਣਾ ਸਕਦੀ ਹੈ ਉਪਰੋਕਤ ਸਾਰੇ ਆ ਜਾਏਗਾ ਯਾਨੀ ਕਿ ਦੋਸਤੋ ਸਾਡਾ ਆਤਮ ਵਿਸ਼ਵਾਸ ਤਣਾਅ ਮੁਕਤ ਹੋਣਾ ਤੇ ਸਾਡੀਆਂ ਚੰਗੀਆਂ ਆਦਤਾਂ ਸਾਨੂੰ ਮਹਾਨ ਬਣਾ ਸਕਦੀ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਹੈ ਕਿ ਹੇਠ ਦਿੱਤੇ ਵਿੱਚੋਂ ਗਲਤ ਕਥਨ ਦੀ ਜਿਹੜੀ ਹੈਗੀ ਚੋਣ ਕਰੋ ਤਾਂ ਦੋਸਤੋ ਏ ਆਪਸ਼ਨ ਯਾਨਕੀ ਆਹ ਵਾਲਾ ਜਿਹੜਾ ਗਲਤ ਕਥਨ ਹੈ ਯਾਨਕੀ ਚਿੰਤਾਵਾਂ ਨੂੰ ਸਾਡੇ ਸੁਭਾਅ ਤੋਂ ਆਮ ਵਿਹਾਰ ਨਾਲ ਦੂਰ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਤਾਂ ਇਹ ਗਲਤ ਕਥਨ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਹੈ ਹੇਠ ਦਿੱਤੇ ਕਾਰਕਾਂ ਵਿੱਚੋਂ ਕਿਹੜਾ ਇੱਕ ਸਿਹਤਮੰਦ ਸਮਾਜ ਸਿਰਜਣ ਵਿੱਚ ਮਦਦ ਕਰਦਾ ਹੈ ਯਾਨਕੀ ਉਪਰੋਕਤ ਸਾਰੇ ਯਾਨਕੀ ਦੋਸਤੋ ਮਨੁੱਖੀ ਰਵੱਈਆ ਹਮਦਰਦੀ ਵਾਲਾ ਜਿਹੜਾ ਹੈਗਾ ਵਾ ਵਿਹਾਰ ਲਿੰਗ ਪੇਦਵਪ ਦੀ ਅਨਹੋਂਦ ਠੀਕ ਹੈ ਜੀ ਤਾਂ ਸਾਡੇ ਉਹ ਜਿਹੜੇ ਹੈਗਾ ਵਾ ਦੋਸਤੋ ਇੱਕ ਸਿਹਤਮੰਦ ਸਮਾਜ ਸਿਰਜਣ ਵਿੱਚ ਜਿਹੜਾ ਹੈਗਾ ਵਾ ਮਦਦ ਕਰਦਾ ਹੈ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈਗਾ ਖਾਲੀ ਥਾਂਵਾਂ ਇਹ ਤੇ ਸਹੀ ਗਲਤਤਾ ਇਹ ਵੀ ਦੋਸਤੋ ਪੰਜ ਆਉਣੀਆਂ ਨੇ ਇੱਕ ਇੱਕ ਨੰਬਰਾਂ ਦੀ ਤਾਂ ਪਹਿਲਾ ਪ੍ਰਸ਼ਨ ਕੀ ਹੈ ਕਿ ਡੈਸ਼ ਕਦੇ ਲਾਭਦਾਇਕ ਨਹੀਂ ਹੁੰਦੇ ਯਾਨੀ ਕਿ ਦੋਸਤੋ ਡਰੱਗਸ ਕਦੇ ਵੀ ਲਾਭਦਾਇਕ ਨਹੀਂ ਹੁੰਦੇ ਜਾਂ ਫਿਰ ਨਸ਼ੇ ਜਿਹੜੇ ਹੈਗੇ ਕਦੇ ਵੀ ਲਾਭਦਾਇਕ ਨਹੀਂ ਹੁੰਦੇ ਤਾਂ ਅਗਲਾ ਪ੍ਰਸ਼ਨ ਕੀ ਹੈ ਕਿ ਅਸੀਂ ਹਰ ਤਰ੍ਹਾਂ ਦੇ ਜਿਹੜੇ ਹੈਗੇ ਡੈਸ਼ ਤੋਂ ਛੁਟਕਾਰਾ ਪਾ ਕੇ ਆਪਣੇ ਸੁਪਨਿਆਂ ਦਾ ਸਵਾਦ ਲੈ ਸਕਦੇ ਹਾਂ ਯਾਨੀ ਕਿ ਬੁਰੀਆਂ ਅੰਤਾਂ ਨੂੰ ਠੀਕ ਹੈ ਜੀ ਛੁਟਕਾਰਾ ਪਾ ਕੇ ਅਸੀਂ ਜਿਹੜਾ ਹੈਗਾ ਸੁਪਨੇ ਆ ਦਸ ਬਾਅਦ ਲੈ ਸਕਦੇ ਹਾਂ ਬੁਰੀ ਆਦਤਾਂ ਤੋਂ ਛੁਟਕਾਰਾ ਪਾ ਕੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਆਪਣਾ ਕਿ ਡੈਸ਼ ਇੱਕ ਵਿਆਪਕ ਸ਼ਬਦ ਹੈ ਜੋ ਦੋਸਤੋ ਮਨੁੱਖ ਦੁਆਰਾ ਮਨੁੱਖ ਹੋਣ ਵਾਲੀ ਜਾਗਰੂਕਤਾ ਨਾਲ ਸੰਬੰਧਿਤ ਹੈ ਯਾਨੀ ਕਿ ਦੋਸਤੋ ਮਨੁੱਖਤਾ ਜਿਹੜਾ ਹੈਗਾ ਬਾ ਠੀਕ ਹੈ ਜੀ ਕਿਸ ਦੇ ਨਾਲ ਸੰਬੰਧਿਤ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਨੁੱਖ ਹੋਣ ਬਾਰੇ ਜਾਗਰੂਕਤਾ ਨਾਲ ਸੰਬੰਧਿਤ ਹੈ ਉਸ ਤੋਂ ਬਾਅਦ ਹੈਗਾ ਦੋਸਤੋ ਕਿ ਸਾਨੂੰ ਸਿਰਫ ਕੁੜੀਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਇਸ ਦਾ ਆਨਸਰ ਆਏਗਾ ਫਾਲਸ ਕਿਉਂਕਿ ਦੋਸਤੋ ਸਾਨੂੰ ਸਿਰਫ ਕੁੜੀਆਂ ਦੀ ਨਹੀਂ ਬਜ਼ੁਰਗਾਂ ਦੀ ਠੀਕ ਹੈ ਜੀ ਔਰ ਤੇ ਮੁੰਡਿਆਂ ਦੀ ਵੀ ਕਿਉਂਕਿ ਦੋਸਤੋ ਸਿਰਫ ਸਾਨੂੰ ਇਸ ਦਾ ਰਾਈਟ ਆਨਸਰ ਇਹ ਹੋ ਜਾਏਗਾ ਦੋਸਤੋ ਕਿ ਸਾਨੂੰ ਲੋੜ ਬੰਦ ਯਾਨੀ ਕਿ ਜਿਸ ਨੂੰ ਲੋੜ ਦੀ ਲੋੜ ਆ ਨਾ ਜਿਸ ਨੂੰ ਮਤਲਬ ਲੋੜ ਆ ਹੈਲਪ ਦੀ ਠੀਕ ਹੈ ਜੀ ਤਾਂ ਉਸ ਦੀ ਹੈਲਪ ਕਰਨੀ ਚਾਹੀਦੀ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਠੀਕ ਹੈ ਜੀ ਅੱਗੇ ਹੈ ਦੋਸਤੋ ਕਿ ਅਸੀਂ ਆਪਣੇ ਧੀਰੇ ਨਾਲ ਕਿਸੇ ਵੀ ਅਸੰਭਵ ਕੰਮ ਨੂੰ ਸੰਭਵ ਕਰ ਸਕਦੇ ਹਾਂ ਤਾਂ ਬਿਲਕੁਲ ਯੈਸ ਟਰੂ ਆ ਠੀਕ ਹੈ ਜੀ ਤੇ ਅੱਗੇ ਹੈ ਦੋਸਤੋ ਆਪਣਾ ਸਹੀ ਮਿਲਾਨ ਕਰੋ ਤਾਂ ਇਹ ਵੀ ਦੋਸਤੋ ਪੰਜ ਆਉਣ ਗਿਆ ਤੇ ਇੱਕ ਇੱਕ ਨੰਬਰਾਂ ਦੀ ਹੈਗੀ ਆ ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾ ਹੈਗਾ ਨਸ਼ੇ ਤਾ ਇਹਦਾ ਜਿਹੜਾ ਹੈਗਾ ਦੋਸਤੋ ਇਸਦਾ ਆ ਜਾਏਗਾ ਦੋਸਤੋ ਕਦੇ ਲਾਭਦਾਇਕ ਨਹੀਂ ਹੈ ਠੀਕ ਹੈ ਜੀ ਤਾਂ ਇਸਦਾ ਮਿਲਾਨ ਹੋ ਜਾਏਗਾ ਇਹਦੇ ਨਾਲ ਡੀ ਆਪਸ਼ਨ ਨਾਲ ਅੱਗੇ ਦੋਸਤੋ ਆਪਣਾ ਕਿਪੂ ਆਦੀ ਮੌਤ ਦਾ ਕਾਰਨ ਠੀਕ ਹੈ ਜੀ ਤਾਂ ਇਹਦਾ ਕੀ ਆ ਜਾਏਗਾ ਦੋਸਤੋ ਦੂਸਰੇ ਦਾ ਆ ਜਾਏਗਾ ਸੀ ਆਪਸ਼ਨ ਯਾਨਕਿ ਸ਼ਰਾਬ ਦੀ ਭਾਰੀ ਖਪਤ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੈਗਾ ਦੋਸਤੋ ਨਸ਼ੇ ਦੀ ਕਟਨਾ ਠੀਕ ਹੈ ਜੀ ਤਾਂ ਤੀਸਰੇ ਦਾ ਆਨਸਰ ਆ ਜਾਏਗਾ ਯਾਨਕਿ ਏ ਆਪਸ਼ਨ ਯਾਨਕਿ ਇਹ ਕਿ ਜਦੋਂ ਕੋਈ ਵਿਅਕਤੀ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਅੱਗੇ ਦੋਸਤੋ ਡਾਕਟਰ ਪਰਮਜੀਤ ਸਿੰਘ ਕਲਾਸੀ ਕਲਸੀ ਤਾਂ ਇਸਦਾ ਕੀ ਆ ਜਾਏਗਾ ਦੋਸਤੋ ਚੌਥੇ ਤਾਂ ਦੋਸਤੋ ਚੌਥੇ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਈ ਆਪਸ਼ਨ ਯਾਨੀ ਕਿ ਆਹ ਵਾਲਾ ਠੀਕ ਹੈ ਜੀ ਕਹਾਣੀ ਦਾ ਲੇਖਕ ਧੀਆਂ ਪੁੱਤਾਂ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਦੋਸਤੋ ਜੱਸੀ ਗੈਰ ਵਿਗਿਆਨਿਕ ਕਾਨੂੰਨ ਨਾਲੋਂ ਬਿਹਤਰ ਹਨ ਪੁੱਤਰਾ ਠੀਕ ਹੈ ਜੀ ਤਾਂ ਇਹਦਾ ਪੰਜਵੇਂ ਦਾ ਆਨਸਰ ਕੀ ਆ ਜਾਏਗਾ ਦੋਸਤੋ ਦੇਖ ਸਕਦੇ ਤਾਂ ਇਸ ਦਾ ਆਨਸਰ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕੀ ਆ ਜਾਏਗਾ ਬੂਆ ਦਾ ਸਭ ਤੋਂ ਛੋਟਾ ਪੁੱਤਰ ਜੱਸੀ ਠੀਕ ਹੈ ਜੀ ਤਾਂ ਇਹ ਪੰਜ ਨੰਬਰ ਦੀ ਹੋ ਗਈ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਵਾ ਹਾਂਜੀ ਤਾਂ ਇਹੋ ਹੁਣ ਹੈਗਾ ਦੋਸਤੋ ਕਿ ਪੈਰਾ ਪੜ੍ਹ ਕੇ ਦਿੱਤੇ ਹੋਏ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ ਇਹ ਵੀ 5 ਨੰਬਰ ਦੀ ਹੈਗੀ ਆ ਤਾਂ ਦੋਸਤੋ ਤੁਸੀਂ ਕੁਝ ਕਰਨਾ ਨਹੀਂ ਗਾ ਤੁਸੀਂ ਸਕਰੀਨ ਨੂੰ ਰੁਕ ਲਓ 2 ਮਿੰਟ ਲਈ ਠੀਕ ਹੈ ਇੱਥੋਂ ਤੱਕ ਲੈ ਕੇ ਨਾ ਇੱਥੇ ਤੱਕ ਚੰਗੀ ਤਰ੍ਹਾਂ ਹੈਗਾ ਜੀ ਇਸ ਨੂੰ ਰੀਡ ਕਰ ਲਓ ਤਾਂ ਦੋਸਤੋ ਤੁਸੀਂ ਇੱਥੇ ਤੋਂ ਲੈ ਕੇ ਇੱਥੇ ਤੱਕ ਰੀਡ ਕਰ ਲਿਆ ਹੋਣਾ ਠੀਕ ਹੈ ਜੀ ਤੇ ਹੁਣ ਆਪਾਂ ਚਲੋ ਕੁਐਸਚਨ ਵੱਲ ਵਧਦੇ ਹਾਂ ਕਿਉਂਕਿ ਆ ਪੈਰਾ ਪੜ੍ਹ ਕੇ ਨਾ ਕੁਝ ਥੱਲੇ ਕੁਐਸਚਨਾਂ ਦੇ ਆਨਸਰ ਦੇਣੇ ਹਨ ਤਾਂ ਦੋਸਤੋ ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ ਕਿ ਧਰਤੀ ਉੱਤੇ ਮਨੁੱਖ ਦੀ ਠੀਕ ਹੈ ਜੀ ਜਿਹੜੀ ਹੱਦ ਦਾ ਕੀ ਕਾਰਨ ਹੈ ਹੱਦ ਨਹੀਂ ਦੋਸਤੋ ਤੇ ਹੋਣ ਦਾ ਕਾਰਨ ਆਊਗਾ ਠੀਕ ਹੈ ਜੀ ਹੋਣ ਦਾ ਕੀ ਕਾਰਨ ਹੈ ਇੱਥੇ ਹੱਦ ਨਹੀਂ ਦੋਸਤੋ ਇੱਥੇ ਕਲੈਕਸ਼ਨ ਕਰ ਲਿਓ ਹੋਣ ਦਾ ਆਊਗਾ ਠੀਕ ਹੈ ਜੀ ਆਹ ਵਾਲਾ ਜਿਵੇਂ ਲਿਖਿਆ ਹੋਇਆ ਵਾ ਕਿ ਹੋਣ ਦਾ ਜਿਹੜਾ ਹੈ ਕਿ ਕੀ ਕਾਰਨ ਹੈ ਤਾਂ ਦੋਸਤੋ ਧਰਤੀ ਤੇ ਹੋਰ ਜੀਵਾਂ ਦੇ ਮੁਕਾਬਲੇ ਮਨੁੱਖ ਦੀ ਹੋਣਦ ਉੱਚੀ ਹੋਣ ਦਾ ਵੱਡਾ ਕਾਰਨ ਉਸਦੀ ਬੌਧਿਕ ਆਧਾਰ ਵਾਲਾ ਸਮਾਜ ਹੈ ਠੀਕ ਹੈ ਜੀ ਤੇ ਅਗਲਾ ਪ੍ਰਸ਼ਨ ਵਿਅਕਤੀ ਕਿਸ ਤਰ੍ਹਾਂ ਦੇ ਨਸ਼ ਭੰਗ ਭੁੱਖੀ ਸਮੈਕ ਤੇ ਆਪਣਾ ਦੋਸਤੋ ਸਿਥੈਟਿਕ ਨਸ਼ੀਲੇ ਪਦਾਰਥ ਜਾਂ ਨਚਿਲੇ ਦਵਾਈਆਂ ਠੀਕ ਹੈ ਅਗੇ ਦੋਸਤੋ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਕੀ ਨੁਕਸਾਨ ਹੁੰਦੇ ਹਨ ਤਾਂ ਦੋਸਤੋ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਵਿਅਕਤੀ ਦੇ ਨਿੱਜ ਤੋਂ ਲੈ ਕੇ ਉਸ ਦੇ ਪਰਿਵਾਰਿਕ ਸਮਾਜਿਕ ਸੱਭਿਆਚਾਰਕ ਅਤੇ ਆਰਥਿਕ ਵਿਨਾਸ਼ਤਾ ਜਿਹੜਾ ਹੈਗਾ ਕਾਰਨ ਬਣਦੇ ਹਨ ਅਗਲਾ ਪ੍ਰਸ਼ਨ ਕੀ ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ ਤਾਂ ਦੋਸਤੋ ਇਸ ਬੁਰਾਈ ਦੀ ਰੋਕਥਾਮ ਲਈ ਸਵੈ ਵਿਸ਼ਵਾਸ ਦੇਡ ਆਤਮਿਕ ਮਨੋਵਲ ਡਾਕਟਰੀ ਸਹਿਤਾ ਪ੍ਰਸ਼ਾਸਨ ਸਰਕਾਰਾਂ ਅਤੇ ਸਮਾਜ ਤੇ ਜਿਹੜਾ ਹੈਗਾ ਦੋਸਤੋ ਸਕਾਰਾਤਮਕ ਉਪਰਲਿਆਂ ਦਾ ਜਿਹੜਾ ਹੈਗਾ ਅਹਿਮ ਯੋਗਦਾਨ ਜ਼ਰੂਰੀ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਕੀ ਹੈ ਦੋਸਤੋ ਵਿਅਕਤੀ ਨਸ਼ੇ ਦੇ ਆਦਿਕ ਕਦੋਂ ਹੁੰਦਾ ਹੈ ਤਾਂ ਦੋਸਤੋ ਨਸ਼ਾ ਉਹ ਤੋਂ ਲੱਗਦਾ ਹੈ ਜਦੋਂ ਵਿਅਕਤੀ ਖੁਦ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰ ਲੈਂਦਾ ਹੈ ਅਗਲਾ ਪ੍ਰਸ਼ਨ ਦੋਸਤੋ ਕਿ ਪੰਜਵਾਂ ਪ੍ਰਸ਼ਨ ਆ ਕੇ ਦਿੱਤੇ ਦੋ ਪ੍ਰਸ਼ਨਾਂ ਵਿੱਚੋਂ ਇੱਕ ਪ੍ਰਸ਼ਨ ਕਰਨਾ ਹੈ ਤਾਂ 5 ਨੰਬਰ ਦਾ ਇਹ ਹੈਗਾ ਵਾ ਦੋਸਤੋ ਸੇਕੋ ਪਹਿਲਾ ਪ੍ਰਸ਼ਨ ਕੀ ਹੈ ਕਿ ਅਸੀਂ ਮਹਾਨ ਕਿਵੇਂ ਬਣ ਸਕਦੇ ਹਾਂ ਅਤੇ ਖੁਸ਼ਹਾਲ ਜੀਵਨ ਕਿਵੇਂ ਜੀ ਸਕਦੇ ਹਾਂ ਤਾਂ ਦੋਸਤੋ ਮਹਾਨ ਕਿਵੇਂ ਬਣ ਸਕਦਾ ਹੈ ਤਾਂ ਦੇਖੋ ਸਭ ਤੋਂ ਪਹਿਲਾਂ ਸਾਨੂੰ ਆਤਮ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ ਅਤੇ ਹਰ ਤਰ੍ਹਾਂ ਦੇ ਵਿਚਾਰ ਹਾਂਜੀ ਹਰ ਤਰ੍ਹਾਂ ਦੇ ਦੋਸਤੋ ਵਿਕਾਰ ਅਤੇ છਤੋਂ छुटकारा ਪਾਉਣ ਦੀ ਲੋੜ ਹੈ ਠੀਕ ਹੈ ਜੀ ਮਾਨਸਿਕ ਤਣਾਅ ਅਤੇ ਗੁੱਸਾ ਫਿਰ ਦੋਸਤੋ ਅਸੀਂ ਆਪਣੀ ਜ਼ਿੰਦਗੀ ਦੀਆਂ ਹਰ ਕਿਸਮਾਂ ਦੀਆਂ ਬੁਰਾਈਆਂ ਬੁਰੀਆਂ ਆਦਤਾਂ ਤੋਂ ਛੁਟਕਾਰਾ ਪਾ ਕੇ ਆਪਣੇ ਸੁਪਨਿਆਂ ਦਾ ਸਵਾਦ ਲੈ ਸਕਦੇ ਹਾਂ ਅੱਗੇ ਦੋਸਤੋ ਖੁਸ਼ਹਾਲ ਜੀਵਨ ਜਿਹੜਾ ਹੈਗਾ ਕਿਵੇਂ ਜੀ ਸਕਦੇ ਹਾਂ ਤਾਂ ਦੋਸਤੋ ਦੇਖੋ ਇਸ ਦਾ ਅਨਸਰ ਕਿਵੇਂ ਬਣੇਗਾ ਕਿ ਸਾਡੀ ਜ਼ਿੰਦਗੀ ਉਮੀਦਾਂ ਤੇ ਉਤਸ਼ਾਹ ਨਾਲ ਭਰੀ ਹੋਈ ਹੈ ਕਦੇ-ਕਦੇ ਸਾਡੀ ਜ਼ਿੰਦਗੀ ਵਿੱਚ ਜਿਹੜਾ ਹੈਗਾ ਵਾ ਅਸੀਂ ਸਾਹਮਣਾ ਕਰਦੇ ਹਾਂ ਕੋਈ ਵੀ ਮੁਸ਼ਕਿਲ ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਵਾ ਅਤੇ ਆਪਣੇ ਆਪ ਨੂੰ ਤਣਾਅ ਵਿੱਚ ਰੱਖਣਾ ਚਾਹੀਦਾ ਹੈ ਮੁਫਤ ਜ ਅਸੀਂ ਦੋਸਤੋ ਤਣਾਅ ਅਤੇ ਚਿੰਤਾ ਤੋਂ ਮੁਕਤ ਰਹਿਣ ਦੀ ਕਲਾ ਸਿੱਖ ਲਈਏ ਤਾਂ ਜਿਹੜਾ ਹੈਗਾ ਦੋਸਤੋ ਅਸੀਂ ਖੁਸ਼ਹਾਲ ਜੀਵਨ ਜਿਹੜਾ ਹੈਗਾ ਜੀ ਸਕਦੇ ਹਾਂ ਅੱਗੇ ਪ੍ਰਸ਼ਨ ਦੋਸਤੋ ਆਪਣਾ ਕੀ ਹੈ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕਿਉਂ ਕੀ ਜ਼ਰੂਰੀ ਹੈ ਠੀਕ ਹੈ ਜੀ ਤਾਂ ਇਸ ਦਾ ਉੱਤਰ ਦੇਖੋ ਦੋਸਤੋ ਕਿ ਇੱਕ ਖੁਸ਼ਹਾਲ ਅਤੇ ਖੁਸ਼ਹਾਲ ਜੀਵਨ ਦੇ ਜਿਹੜਾ ਹੈਗਾ ਦੋਸਤੋ ਪ੍ਰਗਤੀਸ਼ੀਲ ਨੈਤਿਕ ਦਾ ਫਿਰ ਨੈਤਿਕ ਕਦਰਾਂ ਕੀਮਤਾਂ ਨੂੰ ਮਨੁੱਖੀ ਵਿਵਹਾਰ ਦੁਆਰਾ ਜਿਹੜਾ ਹੈਗਾ ਮਰਦ ਅਤੇ ਔਰਤ ਹੁਣ ਦੇ ਲਿੰਗ ਭੇਦ ਤੋਂ ਉੱਪਰ ਉੱਠ ਕੇ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਇਹ ਜ਼ਿੰਮੇਵਾਰ ਨਾਗਰਿਕ ਦੁਆਰਾ ਵਸੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰੇਗਾ ਠੀਕ ਹੈ ਜੀ ਤਾਂ ਇਸ ਦਾ ਅਨਸਰ ਇਹ ਹੋ ਜਾਏਗਾ ਤਾਂ ਦੋਸਤੋ ਇਸੇ ਹੀ ਆਪਣਾ ਇਹ ਪੂਰਾ ਪੇਪਰ ਅਸੀਂ ਸੋਲਵ ਕਰ ਚੁੱਕੇ ਹਾਂ ਜੋ ਕਿ ਕਲਾਸ 12ਵੀਂ ਵਾਲਿਆਂ ਦਾ ਵੈਲਕਮ ਲਾਈਫ ਦਾ ਪੇਪਰ ਸੀਗਾ ਸਵਾਗਤ ਜ਼ਿੰਦਗੀ ਦਾ ਠੀਕ ਹੈ ਜੀ ਆਹ ਇੱਕ ਸਿੰਪਲ ਪੇਪਰ ਆ ਠੀਕ ਹੈ ਜੀ ਤੇ ਇਸ ਨੂੰ ਅਸੀਂ ਪੂਰਾ ਸੋਲਵ ਕਰ ਲਿਆ ਵਾਏ ਠੀਕ ਹੈ ਓਕੇ ਦੋਸਤੋ ਚਲੋ ਠੀਕ ਹੈ ਬਾਕੀ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਸਟਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ